ਜਮਾਤ ਦੂਜੀ ਵਿਸ਼ਾ ਗਣਿਤ ਪਿਆਰੇ ਬੱਚਿਓ ਅੱਜ ਅਸੀਂ ਮਿਸ਼ਨ 70% ਤਹਿਤ ਅਭਿਆਸ ਸ਼ੀਟ ਨੰਬਰ 5 ਦੇ ਪ੍ਰਸ਼ਨ ਨੰਬਰ 16 ਅਤੇ ਪ੍ਰਸ਼ਨ ਨੰਬਰ 17 ਦੇ ਸਵਾਲਾਂ ਨੂੰ ਹੱਲ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 16 ਹੈ ਖਾਲੀ ਥਾਵਾਂ ਪਰੋ ਪਹਿਲੀ ਖਾਲੀ ਥਾਂ ਹੈ ਸੰਖਿਆ 98 ਵਿੱਚ ਡੈਸ਼ ਦਹਾਈਆਂ ਹਨ ਬੱਚਿਓ ਸਾਡੇ ਕੋਲ ਦੋ ਵਿਕਲਪ ਹਨ 8 ਅਤੇ 9 ਦੇਖੋ ਬੱਚਿਓ ਸੰਖਿਆ 98 ਵਿੱਚ 8 ਇਕਾਈਆਂ ਹਨ ਅਤੇ 9 ਦਹਾਈਆਂ ਹਨ ਖਾਲੀ ਥਾਂ ਹੈ ਸੰਖਿਆ 98 ਵਿੱਚ ਡੈਸ਼ ਦਹਾਈਆਂ ਹਨ ਹਾਂਜੀ ਬੱਚਿਓ ਸੰਖਿਆ 98 ਵਿੱਚ 9 ਦਹਾਈਆਂ ਹਨ ਹੁਣ ਅਸੀਂ ਇਸ ਖਾਲੀ ਥਾਂ ਵਿੱਚ 9 ਭਰਾਂਗੇ ਅਗਲੀ ਖਾਲੀ ਥਾਂ ਹੈ 38 ਤੋਂ ਬਾਅਦ ਸੰਖਿਆ ਡੈਸ਼ ਆਉਂਦੀ ਹੈ ਇੱਥੇ ਵੀ ਦੋ ਵਿਕਲਪ ਹਨ 39 ਅਤੇ 39 ਤੁਸੀਂ ਦੇਖ ਰਹੇ ਹੋ ਬੱਚਿਓ ਸੰਖਿਆ 38 ਤੋਂ ਬਾਅਦ ਸੰਖਿਆ 39 ਆਉਂਦੀ ਹੈ ਅਸੀਂ ਇਸ ਖਾਲੀ ਥਾਂ ਵਿੱਚ 39 ਭਰਾਂਗੇ ਅੱਗੇ ਹੈ ਸੰਖਿਆ 98 ਵਿੱਚ 9 ਦਾ ਸਥਾਨਕ ਮੁੱਲ ਡੈਸ਼ ਹੈ ਇੱਥੇ ਵੀ ਦੋ ਵਿਕਲਪ ਹਨ 9 ਅਤੇ 90 ਦਿੱਤੀ ਹੋਈ ਸੰਖਿਆ ਹੈ 98 90 8 98 ਤਾਂ ਦੇਖੋ ਬੱਚਿਓ ਸੰਖਿਆ 98 ਵਿੱਚ 9 ਦਾ ਸਥਾਨਕ ਮੁੱਲ 90 ਹੈ ਖਾਲੀ ਥਾਂ ਵਿੱਚ ਅਸੀਂ 90 ਭਰਾਂਗੇ ਅੱਗੇ ਦੇਖੋ 58 ਅਤੇ 60 ਦੇ ਵਿਚਕਾਰ ਸੰਖਿਆ ਡੈਸ਼ ਆਵੇਗੀ ਸਾਡੇ ਕੋਲ ਦੋ ਵਿਕਲਪ ਹਨ 59 ਜਾਂ 61 ਆਓ ਦੇਖੀਏ ਬੱਚਿਓ ਕਿ ਸੰਖਿਆ 58 ਅਤੇ 60 ਦੇ ਵਿਚਕਾਰ ਕਿਹੜੀ ਸੰਖਿਆ ਆਵੇਗੀ ਤਾਂ ਦੇਖੋ ਬੱਚਿਓ 58 ਅਤੇ 60 ਦੇ ਵਿਚਕਾਰ ਸੰਖਿਆ 59 ਆਵੇਗੀ ਅਸੀਂ ਇਸ ਖਾਲੀ ਥਾਂ ਵਿੱਚ 59 ਭਰਾਂਗੇ ਅਗਲੀ ਖਾਲੀ ਥਾਂ ਹੈ 6 ਦਹਾਈਆਂ ਅਤੇ 7 ਇਕਾਈਆਂ ਨਾਲ ਸੰਖਿਆ ਡੈਸ਼ ਬਣਦੀ ਹੈ ਦੋ ਵਿਕਲਪ ਹਨ 76 ਅਤੇ 67 ਦੇਖੋ ਬੱਚਿਓ ਸਾਨੂੰ ਇੱਥੇ 7 ਇਕਾਈਆਂ ਦਿੱਤੀਆਂ ਹੋਈਆਂ ਹਨ ਤਾਂ ਅਸੀਂ ਇਕਾਈ ਦੇ ਸਥਾਨ ਤੇ 7 ਲਿਖਾਂਗੇ ਅਤੇ ਇੱਥੇ ਸਾਨੂੰ 6 ਦਹਾਈਆਂ ਦਿੱਤੀਆਂ ਹੋਈਆਂ ਹਨ ਤਾਂ ਅਸੀਂ ਦਹਾਈ ਦੇ ਸਥਾਨ ਤੇ 6 ਲਿਖਾਂਗੇ 6 ਦਹਾਈਆਂ ਅਤੇ 7 ਇਕਾਈਆਂ ਨਾਲ ਦੇਖੋ ਬੱਚਿਓ ਇਹ ਕਿਹੜੀ ਸੰਖਿਆ ਬਣਦੀ ਹੈ ਹਾਂਜੀ ਇਹ ਸੰਖਿਆ 67 ਬਣਦੀ ਹੈ ਹੁਣ ਅਸੀਂ ਇਸ ਖਾਲੀ ਥਾਂ ਦੇ ਵਿੱਚ 67 ਭਰਾਂਗੇ ਪ੍ਰਸ਼ਨ ਨੰਬਰ 17 ਦਾ ਪਹਿਲਾ ਭਾਗ ਹੈ 85 ਤੋਂ 95 ਤੱਕ ਸਿੱਧੀ ਗਿਣਤੀ ਲਿਖੋ ਤੁਸੀਂ ਦੇਖ ਰਹੇ ਹੋ ਬੱਚਿਓ ਇੱਥੇ ਤਸਵੀਰ ਦੇ ਵਿੱਚ ਡੱਬੇ ਬਨੇ ਹੋਏ ਹਨ भी देख रहे हो बचो इत्थे पचासी लिखिया होया है हुन असी पचासी तो पचानवे तक सीधी गिनती लिखनी है आओ शुरू करते हाँ पचासी लिखिया होया है अगे छियासी सतासी अठासी उनानवे नब्बे इक्यानवे बानवे तिरानवे चुरानवे 95 ਇਸ ਤਰ੍ਹਾਂ ਹੀ ਤੁਸੀਂ ਵੀ ਬੱਚਿਓ 85 ਤੋਂ 95 ਤੱਕ ਸਿੱਧੀ ਗਿਣਤੀ ਲਿਖਣੀ ਹੈ ਅਗਲਾ ਪ੍ਰਸ਼ਨ ਹੈ 62 ਤੋਂ 52 ਤੱਕ ਪੁੱਠੀ ਗਿਣਤੀ ਲਿਖੋ ਤੁਸੀਂ ਦੇਖ ਰਹੇ ਹੋ ਬੱਚਿਓ ਇੱਥੇ ਵੀ ਤਸਵੀਰ ਹੈ ਤਸਵੀਰ ਦੇ ਵਿੱਚ ਕੁਝ ਡੱਬੇ ਹਨ ਅਤੇ ਤੁਸੀਂ ਉਹਨਾਂ ਡੱਬਿਆਂ ਦੇ ਵਿੱਚ 62 ਤੋਂ 52 ਤੱਕ ਪੁੱਠੀ ਗਿਣਤੀ ਲਿਖਣੀ ਹੈ ਤਾਂ ਦੇਖੋ ਫਿਰ 62 ਲਿਖਿਆ ਹੋਇਆ ਹੈ आओ शुरू करते हाँ इकाहठ सठ उनाहठ अठवंजा सतवंजा छपंजा पचवंजा चुरंजा तरवंजा, बवंजा इस तरह ही तीठ तो बवंजा तक साफ साफ पुठी गिनती लिखनी है प्यारे बच्चों हो हूँ भी अपने घर ਪ੍ਰਸ਼ਨ ਨੰਬਰ 16 ਅਤੇ ਪ੍ਰਸ਼ਨ ਨੰਬਰ 17 ਦੇ ਸਵਾਲਾਂ ਨੂੰ ਆਪਣੀਆਂ ਕਾਪੀਆਂ ਤੇ ਸਾਫ਼-ਸਾਫ਼ ਅਤੇ ਸੁੰਦਰ ਲਿਖਾਈ ਦੇ ਵਿੱਚ ਹੱਲ ਕਰਨਾ ਹੈ। ਧੰਨਵਾਦ।